ਸਹੂਲਤਾਂ ਮਿਲ ਗਈਆਂ ਹਾਂਜੀ ਹਾਂਜੀ ਤੇ ਨਸ਼ਾ এডਿਕੇਸ਼ਨ ਹੈਲਥ ਇਹ ਤਮਾਮ ਮੁੱਦੇ ਨੇ ਜਿਹੜੇ ਲੋਕੀ ਫੇਸ ਕਰ ਰਹੇ ਨੇ ਅਸੀਂ ਇੱਥੇ ਜਿਹੜਾ ਪੰਡਾਲ ਹੈ ਆਮ ਆਦਮੀ ਪਾਰਟੀ ਦੀ ਜਿਹੜਾ ਓਥ ਸਰਮਨੀ ਹੈ ਭਗਵੰਤ ਮਾਨ ਦੀ ਉਹ ਅਸੀਂ ਬਾਹਰ ਖੜੇ ਨੇ ਇੱਥੇ ਜਿਹੜਾ ਆਮ ਪਬਲਿਕ ਪਬਲਿਕ ਐਂਟਰੀ ਜਿਹੜੀ ਹੈ ਉੱਤੇ ਖੜੇ ਨੇ ਤੇ ਇਹ ਲੇਨ ਜਿਹੜੀ ਹੈ ਇਹ ਲੇਨ ਜਿਹੜੀ ਹੈ ਹੁਣ ਹੌਲੀ ਹੌਲੀ ਆਮ ਆਦਮੀ ਪਾਰਟੀ ਦੇ ਵਰਕਰਸ ਦੇ ਨਾਲ ਜਿਹੜੀ ਹੈ ਉਹ ਭਰਦੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਵਿਜ਼ੂਅਲਸ ਕਿ ਬਸੰਤੀ ਪੱਗਾਂ ਜਿਹੜੀਆਂ ਉਹ ਚਾਰੇ ਪਾਸੇ ਹੁਣ ਦਿਖਣਾ ਸ਼ੁਰੂ ਹੋ ਗਈਆਂ ਨੇ ਬਸੰਤੀ ਪੱਗਾਂ ਬਸੰਤੀ ਸਾਫੇ ਤੇ ਆਮ ਆਦਮੀ ਪਾਰਟੀ ਦੇ ਵਰਕਰ ਜਿੱਥੇ ਹੁਣ ਸੈਂਕੜਿਆਂ ਦੀ ਗਿਣਤੀ ਚ ਪਹੁੰਚਣਾ ਸ਼ੁਰੂ ਹੋ ਗਏ ਨੇ ਤੇ ਫਿਲਹਾਲ ਸਾਢੇ 12 ਵਜੇ ਭਗਵੰਤ ਮਾਨ ਸੌ ਚੁੱਕਣਗੇ ਬਤੌਰ ਚੀਫ ਮਿਨਿਸਟਰ ਅਸੀਂ ਦੇਖ ਸਕਦੇ ਹਾਂ ਬਸੰਤੀ ਪੱਗਾਂ ਲਾ ਕੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਉਹ ਐਂਟਰੀ ਕਰ ਰਹੇ ਨੇ ਹੁਣ ਪੰਡਾਲ ਦੇ ਵਿੱਚ ਤੇ ਸਾਢੇ 12 ਵਜੇ ਭਗਵੰਤ ਮਾਨ ਉਹ ਸੌ ਚੁੱਕਣਗੇ ਬਤੌਰ ਸੀਐਮ ਪੰਜਾਬ ਤੇ ਫਿਲਹਾਲ ਹੁਣ ਪੰਜਾਬ ਦੇ ਕੋਨੇ-ਕੋਨੇ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਜਿੱਤੇ ਪਹੁੰਚਣਾ ਸ਼ੁਰੂ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਅਸੀਂ ਜ਼ਰੂਰ ਗੱਲ ਕਰਾਂਗੇ ਹਾਂਜੀ ਸਸ਼ਕਲભાઈ ਜੀ ਕੀ ਨਾ ਤੁਹਾਡਾ ਬਈ ਜੀ ਮੇਰਾ ਨਾਮ ਲਖਵਿੰਦਰ ਸਿੰਘ ਜੀ ਸਰਪੰਚ ਆ ਮੈਂ ਕਿਤੋਂ ਮੇਰਾ ਪਟਿਆਲਾ ਜ਼ਿਲ੍ਹਾ ਜੀ ਹਾਂਜੀ ਪਿੰਡ ਪਿੰਡ ਹਰਚੰਦਪੁਰਾ ਟਾਊਨ ਜੀ ਹੁਣ ਭਗਵੰਤ ਮਾਨ ਸੀਐਮ ਬਣ ਰਹੇ ਨੇ ਉਮੀਦ ਕੀ ਹੈ ਸਰਕਾਰ ਤੋਂ ਹੁਣ ਤੁਹਾਡੀ ਬਹੁਤ ਉਮੀਦਾਂ ਜੀ ਸਾਨੂੰ 70 ਸਾਲ ਤੋਂ ਜਿਹੜਾ ਜੋ ਕੁਝ ਸਾਡੇ ਪੰਜਾਬ ਵਾਸਤੇ ਹੋਣਾ ਚਾਹੀਦਾ ਨਹੀਂ ਹੋਇਆ ਪਰ ਸਾਨੂੰ ਪੂਰੀ ਉਮੀਦ ਹੈ ਵੀ ਸਾਡੇ ਭਗਵੰਤ ਸਿੰਘ ਜੀ ਮਾਨ ਪੂਰਾ ਕੰਮ ਕਰਨਗੇ ਪੰਜਾਬ ਦੇ ਪੂਰੀਆਂ ਉਮੀਦਾਂ ਸਾਰੇ ਪੰਜਾਬ ਨੂੰ ਉਮੀਦ ਹੈ ਕਿ ਪਰ ਮੁੱਦੇ ਕੀ ਨੇ ਜਿਨ੍ਹਾਂ ਤੇ ਕੰਮ ਕਰਨਾ ਚਾਹੀਦਾ ਭਗਵੰਤ ਮਾਨ ਨੂੰ ਸਭ ਤੋਂ ਵੱਡਾ ਮੁੱਦਾ ਜੀ ਪਹਿਲਾਂ ਤਾਂ ਨਸ਼ੇ ਦਾ ਉਸ ਤੋਂ ਬਾਅਦ ਰਿਸ਼ਵਤਖੋਰੀ ਬੇਰੁਜ਼ਗਾਰੀ ਇਹ ਸਾਰੀ ਚੀਜ਼ਾਂ ਜਿਹੜੀਆਂ ਸਾਨੂੰ ਪੂਰੀ ਉਮੀਦ ਹੈ ਕਿ ਭਗਵੰਤ ਸਿੰਘ ਜੀ ਮਾਨ ਇਹਨੂੰ ਪੂਰਾ ਮਤਲਬ ਢੰਗ ਦੇ ਨਾਲ ਆਪਣੇ ਢੰਗ ਦੇ ਨਾਲ ਇਹਨੂੰ ਚਲਾਉਣਗੇ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਤੌਰ ਤੇ ਕਿੰਨਾ ਟਾਈਮ ਦਿੰਦੇ ਹੋ ਇਸ ਸਰਕਾਰ ਨੂੰ ਕਿ ਜਿਹੜਾ ਉਹ ਕੰਮ ਕਰਨਗੇ ਉਹ ਨੀਚੇ ਹੁਣ ਦਿਖਣਾ ਸ਼ੁਰੂ ਹੋ ਜਾਏ ਹੋਆ ਸਰ ਸਾਨੂੰ ਤਾਂ ਲੱਗਦਾ ਜੀ ਸ਼ਾਇਦ ਪਹਿਲੇ ਮਹੀਨੇ ਤੋਂ ਹੀ ਕੰਮ ਸ਼ੁਰੂ ਹੋ ਜਾ ਜਿਸ ਤਰ੍ਹਾਂ ਜਿਸ ਢੰਗ ਦੇ ਨਾਲ ਦਿੱਲੀ ਦੇ ਵਿੱਚ ਇਹਨਾਂ ਨੇ ਕੰਮ ਕਰਿਆ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਦੀ ਸਲਾਹ ਦੇ ਨਾਲ ਹੀ ਸਾਰਾ ਕੁਝ ਚੱਲਣਾ ਹੈ ਠੀਕ ਹੈ ਨਾ ਸਾਨੂੰ ਉਮੀਦਾਂ ਪੂਰੀਆਂ ਉੱਥੇ ਦਿੱਲੀ ਵੱਲ ਦੇਖ ਕੇ ਅਸੀਂ ਇੱਥੇ ਆਮ ਆਦਮੀ ਪਾਰਟੀ ਨੂੰ ਲੈ ਕੇ ਆਏ ਆ ਤੇ ਆਮ ਆਦਮੀ ਪਾਰਟੀ ਦੇ ਵਰਕਰਸ ਪੂਰੇ ਪੰਜਾਬ ਤੋਂ ਇੱਥੇ ਆਣਾ ਸ਼ੁਰੂ ਹੋ ਗਏ ਨੇ ਸੰਤੀ ਪੱਗਾਂ ਲਾ ਕੇ ਤੇ ਗੱਲ ਜ਼ਰੂਰ ਕਰਾਂਗੇ ਪਾਰਟੀ ਦੇ ਵਰਕਰਾਂ ਦੇ ਨਾਲ ਕਿ ਉਹ ਕੀ ਸਮਝਦੇ ਨੇ ਸੱਸੀਕਾਲ ਜੀ ਸੱਸੀਕਾਲ ਕੀ ਤੁਹਾਡਾ ਕੀ ਨਾਮ ਜੀ ਮੈਂ ਜੀ ਜੀ ਤੇ ਫਿਲਹਾਲ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਨੇ ਬਸੰਤੀ ਪੱਗਾਂ ਤੇ ਬਸੰਤੀ ਸਾਫੇ ਇਲਾਕੇ ਆ ਜਿਹੜਾ ਪਬਲਿਕ ਐਂਟਰੀ ਹੈ ਜਿੱਤੇ ਉੱਤੇ ਜਿਹੜਾ ਮਾਹੌਲ ਹੈ ਉਹ ਦਿਖ ਰਿਹਾ ਕਿ ਪੰਜਾਬ ਦੇ ਕੋਨੇ ਕੋਨੇ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਉਹ ਪਹੁੰਚ ਰਹੇ ਨੇ ਜਿਹੜੇ ਉਹ ਟੇਕਿੰਗ ਸੈਰੇਮਨੀ ਹੈ ਉਸ ਨੂੰ ਦੇਖਣ ਵਾਸਤੇ ਫਿਲਹਾਲ ਲੋਕਾਂ ਦੀਆਂ ਉਮੀਦਾਂ ਬਹੁਤ ਨੇ ਸਰਕਾਰ ਤੋਂ ਤੇ ਨਸ਼ਾ ਬੇਰੋਜ਼ਗਾਰੀ ਸਿੱਖਿਆ ਸਿਹਤ ਇਤਨਾਮ ਮੁੱਦੇ ਜਿਹੜੇ ਨੇ ਪਾਰਟੀ ਦੇ ਵਰਕਰਸ ਕਹਿ ਰਹੇ ਨੇ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਨਾ ਮੁੱਦੇ ਤੇ ਕੰਮ ਕਰੇਗੀ ਤੇ ਪੰਜਾਬ ਦੇ ਲੋਕਾਂ ਨੂੰ ਇਹ ਜਿਹੜੀਆਂ ਸਮੱਸਿਆਵਾਂ ਨੇ ਜਿਹੜੇ ਫੇਸ ਕਰ ਰਹੇ ਨੇ ਉਹਨਾਂ ਤੋਂ ਨਿਜ਼ਾਤ ਦਲਾਂਗੇ ਕਮਾਪਸਨ ਵੇਦਰਾਮ ਦੇ ਨਾਲ ਸਚੀਨ ਕੁਮਾਰ ਐਬੀਪੀ ਸੰਝਾ ਠੜਖੜ ਕਲਾ ਸ਼ਹੀਦ ਭਗਤ ਸਿੰਘ ਨਗਰ